نبی رسول اللہ اس دے یار وچار برحق جانو او مقبل ذکر کرو من کن تو مولا من کن تو مولا من کن تو مولا مولا من کن تو مولا من میرے مولا نے اپنے منگتیاں نوں جو کچھ دتا اے وکھ وکھ دتا او دی ونڈ نوں سمجھنا بڑا مشکل کتے لکھ دتا اے کتے ککھ دتا ہو پریا دل سی دتا محبتاں دا مینو لکھ دا وی سوا لکھ دتا بڑا چاسی شوق چے سجدیاں دا بڑا چاسی شوق چے سجدیاں دا بڑا چاسی شوق تے سجدیاں دا خورے کتھے کتھے متھا رکھ دتا من کن تو مولا من کن تو مولا من کن تو مولا ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ ਇਹ ਉਮੀਦ ਹੈ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ ਹੋਏ ਇਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ ਲਾਲੀ ਅੱਖੀਆਂ ਦੀ ਪਈ ਦੱਸਦੀ ਓ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਓ ਰੋਏ ਅਸੀਂ ਨੀ ਆ ਮਨ ਕੁੰ ਤੋ ਮੋਲਾ ਮਨ ਕੁੰ ਤੋ ਮੋਲਾ ਮਨ ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਗਏ ਹੋ ਅਸੀਂ ਕੰਡੇ ਖੜੋਤੇ ਵੀ ਕਿਉਂ ਡਰਦੇ ਤੇ ਚੱਕਦੇ ਅਸੀਂ ਕੰਡੇ ਖੜੋਤੇ ਹੀ ਕਿਉਂ ਡਰਦੇ ਤੇ ਚੱਕਦੇ ਜੋ ਮੇਨ ਗੇਟ ਹੈ ਹਰਿਆਣਾ ਸ਼ਾਮ ਚੁਰਾਸੀ ਜੋ ਰੋਡ ਹੈ ਉਸਦੇ ਉੱਪਰ ਬਣਾਇਆ ਗਿਆ ਹੈ ਹਰਿਆਣਾ ਰੋਡ ਦੇ ਉੱਤੇ ਜੋ ਗੇਟ ਹੈ ਔਰ ਦਰਬਾਰ ਦੀ ਚਾਰ ਦੀਵਾਰੀ ਦੀ ਸਾਡੇ ਉੱਤੇ ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ ਮਨ ਕੁੰ ਤੋ ਮੋਲਾ
ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਫਰਾਈ ਜਾਓ ਢਿੱਡ ਭਰੋ ਆਪਣੇ ਤੇ ਇਹਨਾਂ ਦੀ ਹੈ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ ਖਾਈ ਜਾਓ ਖਾਈ ਜਾਓ ਭੇਦ ਕਿਹਨੇ ਖੋਲਣਾ ਏ ਵਿੱਚੋਂ ਵਿੱਚ ਹੀ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ ਮਨ ਤੁਨ ਤੋ ਮੌਲਾ ਹਾਂ ਹਾਂ ਮਨ ਤੁਨ ਤੋ ਮੌਲਾ ਮਨ ਸਹੇੜੇ ਕਿਉਂ ਨਾ ਪੀਵਾਂ ਦਾਰੂ ਇਹ ਸੁੱਖਾਂ ਦੇ ਦੇ ਸੁਨੇਹੇ ਇਹ ਦੁੱਖਾਂ ਦੀ ਮਾਰੂ ਹੋਸ਼ ਰਹਿ ਕੇ ਮੈਂ ਕੀ ਕਰਨਾ ਹਰ ਬੰਦਾ ਦੁੱਖ ਦੇਵੇ ਹੋਸ਼ ਰਹਿ ਕੇ ਮੈਂ ਕੀ ਕਰਨਾ ਹਰ ਬੰਦਾ ਦੁੱਖ ਦੇਵੇ ਬੇਹੋਸ਼ੀ ਵਿੱਚ ਰਹਿ ਕੇ ਬੰਦਾ ਕੋਈ ਤਾਂ ਕੰਮ ਦਵਾਰੂ ਮਨ ਹੈਰਾਨ ਵੀ ਨਹੀਂ ਮਾੜਾ ਫੇਰਨਾ ਤਸਬੀਹ ਦਾ ਵਿਰਦ ਕਰਨਾ ਜੇ ਕੋਈ ਨਫਾ ਨਹੀਂ ਹੈ ਤੇ ਨੁਕਸਾਨ ਵੀ ਨਹੀਂ ਉਹ ਮੰਨਾ ਮੂਰਤੀ ਕਾਬੇ ਦੇ ਵਿੱਚ ਜਾਣਾ ਰਾਮ ਆਪਣਾ ਗੈਰ ਰਹਿਮਾਨ ਵੀ ਨਹੀਂ ਜਦੋਂ ਖਿਆਲ ਆਉਂਦਾ ਉਹਦੀ ਬੰਦਗੀ ਦਾ ਰਹਿੰਦਾ ਹਿੰਦੂ ਨਹੀਂ ਮੁਸਲਮਾਨ ਵੀ ਨਹੀਂ ਓ ਖੁਦਾ ਮੇਰਾ ਮੈਂ ਖੁਦਾਈ ਉਹਦੀ ਉਹਦੀ ਯਾਦ ਬਿਨਾਂ ਹੋਰ ਕੋਈ ਧਿਆਨ ਵੀ ਨਹੀਂ ਓਏ ਦਾਮਨ ਪੀਵੇ ਸ਼ਰਾਬ ਤੇ ਕਰੇ ਸਜਦਾ ਪਾਣੀ ਵਿੱਚ ਰਹੀ ਜਾਣਾ ਜਿਹੜੀ ਪੀੜ ਆਈ ਆ ਨਾ ਉਹ ਇਸ ਕਰਕੇ ਹੀ ਆਈ ਹੈ ਕਿ ਪਾਣੀ ਮੁੰਡੇ ਨੂੰ ਉਹ ਤੋਂ ਪਹਿਲਾਂ ਲਾਇਆ ਇਹ ਮਲੰਗਾਂ ਦਾ ਧੂਣਾ ਹੈ ਜੀ ਜਿੱਥੇ ਆ ਕੇ ਮੇਲੇ ਦੌਰਾਨ ਮਲੰਗ ਤੇ ਪਰਮਜੀਤ ਵਰਗੇ ਨੰਗ ਨੰਗ ਤੇ ਮਲੰਗ ਇਸਦਾ ਵੀ ਨਾਲੋ ਨਾਲ ਹੀ ਕੰਮ ਚੱਲ ਰਿਹਾ ਜੀ ਤਿਆਰੀ ਹੋ ਰਹੀ ਹੈ ਪਲਸਤਰ ਹੋ ਰਿਹਾ ਮਿਸਤਰੀ ਲੱਗੇ ਹੋਏ ਦਾਮਨ ਪੀਵੇ ਸ਼ਰਾਬ ਤੇ ਕਰੇ ਸਜਦਾ ਰਾਜੀ ਰੱਬ ਹੈ ਗੁੱਸੇ ਸ਼ੈਤਾਨ ਵੀ ਨਹੀਂ ਮਨ ਇਹ ਸਾਰੇ ਬਾਥਰੂਮ ਸੰਗਤ ਵਾਸਤੇ ਬਣਾ ਰਹੇ ਹਾਂ ਜੀ ਮੇਲੇ ਦੌਰਾਨ ਸੰਗਤ ਕਾਫੀ ਹੁੰਦੀ ਕਰਕੇ ਇਹ ਜੈਂਟਸ ਬਾਥਰੂਮ ਨੇ ਟੋਇਲਟ ਨੇ ਇਹਦੇ ਨਾਲ ਦੇ ਪਿੱਛੇ ਵਾਲਾ ਪੋਰਸ਼ਨ ਜਿਹੜਾ ਇਹ ਜੋ ਬਾਥਰੂਮ ਹੈ ਇਸਦੇ ਬਿਲਕੁਲ ਨਾਲ ਹੀ ਲੇਡੀਜ਼ ਵਾਸਤੇ ਕੁਝ ਬਣ ਗਏ ਨੇ ਤੇ ਕੁਝ ਬਣਨਗੇ ਜਦੋਂ ਏਸ਼ੀਆ ਦੇ ਕੁਛ ਮੁਲਕਾਂ ਵਿੱਚ ਪਲੇਗ ਦੀ ਬਿਮਾਰੀ ਫੈਲੀ ਤਾਂ ਇਸ ਖੂਹ ਦਾ ਪਾਣੀ ਕਾਬੁਲ ਕੰਧਾਰ ਤੱਕ ਗਿਆ ਲੇਕਿਨ ਹੁਣ ਇਸ ਦੇ ਵਿੱਚ ਪਾਣੀ ਨਹੀਂ ਹੈ ਇਸ ਕਰਕੇ ਇਸ ਖੂਹ ਨੂੰ ਪੂਰਿਆ ਨਹੀਂ ਗਿਆ ਲੇਕਿਨ ਇਸ ਨੂੰ ਕਵਰ ਕਰ ਦਿੱਤਾ ਗਿਆ ਵੀ ਪਤਾ ਨਹੀਂ ਕਦੋਂ ਇਹਦੀ ਲੋੜ ਪੈ ਜਾਏ ਅਤੇ ਇਹਨੂੰ ਖੋਲ੍ਹਣਾ ਪਵੇ ਇਸ ਕਰਕੇ ਉਸ 'ਤੇ ਉੱਪਰ ਸਲੈਬ ਪਾ ਕੇ ਇਹਨੂੰ ਕੰਮ ਇਹਦਾ ਵੀ ਨਾਲ ਹੀ ਚੱਲ ਰਿਹਾ ਜਾਣਾ ਕਿੱਥੇ ਜਾਣਾ ਛੱਡਦਾ ਦੋਵੇਂ ਗੱਲਾਂ
ਕਿੱਥੋਂ ਆਇਆ ਤੇ ਕਿੱਥੇ ਜਾਣਾ ਭੁੱਲ ਜਾ ਦੋਵੇਂ ਗੱਲਾਂ ਪੀ ਸਕਣਾ ਤੇ ਪੀ ਲੈ ਸਾਖੀ ਪਿਆ ਸਕਣਾ ਤੇ ਪਿਆ ਦੇ ਮਨ ਤੁਮ ਤੋ ਮੌਲਾ ਸੰਗੀਤ ਪੈਦਾ ਹਰ ਇੱਕ ਗੀਤ ਕੋਈ ਇਸ਼ਕ ਦਾ ਗੀਤ ਹੋਵੇ ਉਹਨਾਂ ਸੂਫੀਆਂ ਰਿੰਦਾਂ ਚ ਫਰਕ ਕੀ ਏ ਮਰਨਾ ਯਾਰ ਦੱਸੋ ਵੀ ਆ ਗਿਆ ਬੋਲੋ ਜੀ ਇਹ ਪੰਜਾਬੀ ਵਿੱਚ ਮੈਂ ਬੋਲ ਕੇ ਦੱਸਣ ਲੱਗਾ ਹਾਂ ਲੋਕ ਨਿਰਮਾਣ ਵਿਭਾਗ ਸ਼ਾਖਾ ਪੰਜਾਬ ਲੋਕ ਨਿਰਮਾਣ ਵਿਭਾਗ BWD ਸਪੈਸ਼ਲ ਟੂਰਿਜ਼ਮ ਡੈਸਟੀਨੇਸ਼ਨ ਸ਼ਾਮੀ ਸ਼ਾਹ ਮਜ਼ਾਰ ਸ਼ਾਮ ਚੁਰਾਸੀ ਵਿਖੇ ਉਸਾਰੀ ਜਿਹੀ ਜਾ ਰਹੀ ਇਮਾਰਤ ਦਾ ਉਦਘਾਟਨ ਸਰਦਾਰ ਹੀਰਾ ਸਿੰਘ ਗਾਬੜੀਆ ਮਾਨਯੋਗ ਮੰਤਰੀ ਜੇਲ੍ਹ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਪੰਜਾਬ ਅਤੇ ਬੀਬੀ ਮਹਿੰਦਰ ਕੌਰ ਜੋਸ਼ ਮਾਨਯੋਗ ਮੁੱਖ ਪਾਰਲੀਮੈਂਟਰੀ ਸੈਕਟਰੀ ਸਿੱਖਿਆ ਵਿਭਾਗ ਪੰਜਾਬ ਜੀ ਨੇ ਅੱਜ ਮਿਤੀ 9/9/2009 ਨੂੰ ਆਪਣੇ ਕਰ ਕਮਲਾਂ ਨਾਲ ਕੀਤਾ ਸ਼੍ਰੀ ਮੇਘਰਾਜ IAS ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਇਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਜਿਨ੍ਹਾਂ ਦੀ ਰੀਤ ਹੋਵੇ ਜਿਹੜੇ ਸੱਖਣੇ ਹੋਣ ਇਮਾਨ ਵੱਲੋਂ ਉਹ ਦਿਲ ਹੀ ਥਿੜਕਦੇ ਡੋਲਦੇ ਨੇ ਜਿਹੜੇ ਹੁਣ ਪਿਓਰ ਚ ਮੋਏ ਬੰਦੇ ਜਿਹੜੇ ਹੁਣ ਪਿਓਰ ਚ ਮੋਏ ਬੰਦੇ ਹਰ ਇੱਕ ਸ਼ਹਿਰ ਚੋਂ ਜ਼ਿੰਦਗੀ ਡੋਲਦੇ ਨੇ ਮਨ ਤੁਨ ਤੋ ਮੌਲਾ ਨਸ਼ਾ ਸੱਤਾ ਸ਼ਰਾਬਾਂ ਚ ਨਹੀਂ ਹੁੰਦਾ ਜਿੰਨਾ ਨਸ਼ਾ ਮਹਿਬੂਬ ਦੀ ਅੱਖ ਦਾ ਏ ਹਰਿਆਣਾ ਰੋਡ ਤੋਂ ਜੋ ਸੜਕ ਹੈ ਇਹ ਨਾਲ ਨਾਲ ਦਰਬਾਰ ਤੇ ਬਾਰ ਬਾਰ ਜੋ ਸੜਕ ਬਣਾਈ ਗਈ ਹੈ ਤੇ ਇਸੇ ਹਰਿਆਣੇ ਵਾਲੀ ਰੋਡ ਤੋਂ ਹੀ ਇਹ ਜੋ ਟੂਰਿਜ਼ਮ ਡੈਸਟੀਨੇਸ਼ਨ ਵੱਲੋਂ ਬਿਲਡਿੰਗ ਉਸਾਰੀ ਹੈ ਸਾਰੀ ਬਾਉਂਡਰੀ ਵਾਲ ਜਿਸਦਾ ਕੰਮ ਚੱਲ ਰਿਹਾ ਹੈ ਇਹ ਜੋ ਲੱਖਾਂ ਰੁਪਏ ਦੀ ਕੰਸਟਰਕਸ਼ਨ ਹੋ ਰਹੀ ਹੈ ਇਹ ਸਾਰੀ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੋ ਰਹੀ ਹੈ ਸੰਗਤ ਵੱਲੋਂ ਦਾਨ ਕੀਤੇ ਗਏ ਪੈਸੇ ਦੇ ਨਾਲ ਹੀ ਸਾਰੀ ਕੰਸਟਰਕਸ਼ਨ ਜੋ ਹੈ ਚੱਲਦੀ ਹੈ ਲੱਗਣੀਆਂ ਬਾਕੀ ਨੇ ਬਾਕੀ ਸਾਰਾ ਕੁਛ ਤਿਆਰ ਹੋ ਚੁੱਕਾ ਹੈ ਜੀ ਤੇ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਸੰਗਤ ਸਾਨੂੰ ਸਹਿਯੋਗ ਦੇ ਰਹੀ ਹੈ ਇਸੀ ਤਰ੍ਹਾਂ ਸਹਿਯੋਗ ਦੇਣਗੇ ਤੇ ਕੰਮ ਚੱਲਦੇ ਰਹਿਣਗੇ ਦਰਬਾਰਾਂ ਦੇ ਕੰਮ ਰੁਕਦੇ ਤੇ ਨਹੀਂ ਹੈ ਬਾਬਾ ਜੀ ਆਪ ਹੀ ਕਰਦੇ ਨੇ ਸਾਰੇ ਆਪਣੇ ਕੰਮ ਨਸ਼ਾ ਸੱਤਾ ਸ਼ਰਾਬਾਂ ਚ ਨਹੀਂ ਹੁੰਦਾ ਜਿੰਨਾ ਨਸ਼ਾ ਮਹਿਬੂਬ ਦੀ ਅੱਖ ਦਾ ਏ
ਉੱਥੇ ਬੂਟੇ ਅੰਗੂਰੀ ਦੇ ਉੱਗ ਪੈਂਦੇ।